ਨਾ ਪੰਜਾਬੀ ਜੇ ਨਾ ਵਲੌਗ ਕੀਤਾ ਤੇ ਅਨਸਬਸਕ੍ਰਾਈਬ ਕਰ ਦੇਣਾ ਕਜ਼ਨੋਲੋਜੀ ਨੂੰ। ਕੁੜੀਆਂ ਨਾ ਬਹੁਤਾ ਜ਼ਿਆਦਾ ਹੀ ਨਾ ਭੈੜਾ ਲੱਗਣ ਡਿਆ ਕਿ ਅਸੀਂ ਇਹਨੂੰ ਸਵਾਈਆਂ ਕਹਿ ਲੈਂਦੇ ਹਾਂ। ਚੱਲ ਇੱਕ ਵਾਰੀ ਨੱਚ ਕੇ ਖਾ ਸਾਨੂੰ ਬਸ। ਆਪਣੀ ਦਿਓ ਸਕੂਲੋਂ ਢਾਲ ਹੈ ਤੇ ਸਾਡੇ ਨਾਲ ਕੰਮ ਕਰਨ ਦੇ। ਕੁੱਤੀ ਐਵੇਂ ਜਿਵੇਂ ਖੋਤੀ ਮੁੰਦੀ ਹੁੰਦੀ ਹੈ। ਲਓ ਜੀ ਹੁਣ ਸਾਡਾ ਨੈਕਸਟ ਟਾਰਗੇਟ ਸਾਡੇ ਥੱਲੇ ਬਹਿ ਗਿਆ ਤੇ ਸ਼ਿਕਾਰ ਆ ਗਿਆ। ਐਡੀ ਪਾਗਲ ਹੁੰਦੀ ਐਡੀ ਪਾਗਲ ਹੁੰਦੀ ਪੰਜੇ ਵਾਲਾ ਸਾਰਾ ਖਾ ਕੇ ਕਹਿੰਦੀ ਮੇਰੇ ਕੋੜਾ ਫਰੋਣਾ ਦਾ ਦਿਲ ਕਰਦਾ। ਇਹਦੀ ਸ਼ਕਲ ਐਵੇਂ ਜਿਵੇਂ ਢੋਲ ਨੂੰ ਠੁੱਡੇ ਮਾਰੇ ਹੁੰਦੇ ਨੇ। ਅਸਲਾਮੁਅਲੈਕੁਮ ਅਸ਼ਤਾਨੀ ਜੀ। Guys, welcome back because knowledge we are back with another vlog. ਜੇ ਤਾਂ ਹੋ ਗਿਆ ਇਤਨਾ ਸਾ ਇੰਗਲਿਸ਼ ਮੈਂ ਔਰ ਹੁਣ ਚੱਲਦੇ ਹਾਂ ਅਸੀਂ ਪੰਜਾਬੀ ਚ ਤੇ ਅੱਜ ਦਾ ਜਿਹੜਾ ਵਲੌਗ ਹੋਣ ਜਾ ਰਿਹਾ ਉਹ ਸਾਰਾ ਹੋਏਗਾ ਪੰਜਾਬੀ ਤੇ ਤੁਸੀਂ ਕਮੈਂਟ ਕਰਨਾ ਕਿ ਅੱਜ ਦਾ ਵਲੌਗ ਕਿੰਦਾ ਲੱਗਿਆ, ਤੁਹਾਨੂੰ ਉਮੀਦ ਕਰਨਾ ਤੁਸੀਂ ਖੈਰ ਖੈਰੀਅਤ ਨਾਲ ਹੋ ਗਏ ਯਾਰ। ਅੱਜ ਦਾ ਵਲੌਗ ਜਿਹੜਾ ਹੈਗਾ ਨਾ ਉਹ ਅਸੀਂ ਕਰਨਾ ਇੱਕ ਚੈਲੰਜ ਤੇ ਨਾਲੇ ਉਹ ਚੈਲੰਜ ਇਹ ਹੋਏਗਾ ਕਿ ਅਸੀਂ ਸਾਰੇ ਜਿਹੜੇ ਨਾ ਆਪਸ ਚ ਪੰਜਾਬੀ ਚ ਗੱਲ ਕਰਾਂਗੇ। ਕੀ ਬਾਤ ਹੈ ਸਰ, ਅੱਜ ਜਿਹੜੀ ਹੈਗਾ ਬਿਲਕੁਲ ਉਰਦੂ ਜਿਹੜੀ ਹੈਗਾ ਬੋਲਣੀ ਨਹੀਂ ਆ ਬਿਲਕੁਲ ਵੀ, ਤਾਂ ਵੇਖਨੇ ਆ ਸਾਡੀ ਪੰਜਾਬੀ ਕਿੰਨੀ ਕੁ ਚੰਗੀ ਆ ਤੇ ਕਿੰਨੀ ਕੁ ਅੱਛੀ ਆ, ਵੇਖਨੇ ਆ ਕਿ ਕੈਸਾ ਰਿਐਕਸ਼ਨ ਆਉਂਦਾ ਸਾਰਿਆਂ ਦਾ। ਬਹੁਤ ਮਜ਼ਾ ਆਏਗਾ, ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਤੇ ਵੀਡੀਓ ਨੂੰ ਕਰ ਲਓ ਲਾਈਕ, ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਸੇ ਦੇ ਨਾਲ ਅੱਜ ਦੇ ਵਲੌਗ ਨੂੰ ਕਰਨੇ ਆ ਸਟਾਰਟ। ਜਿਸ ਜਿਸ ਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਜਲਦੀ ਨਾਲ ਜਾ ਕੇ ਸਬਸਕ੍ਰਾਈਬ ਕਰ ਲਓ, ਲਾਈਕ ਕਰੋ, ਸ਼ੇਅਰ ਕਰੋ, ਨਾਲੇ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਓ। आज हम लेकर आए हैं आपके लिए एक बेहतरीन अर्निंग ऐप जिसका नाम है K1 Games, जिसमें आप 25% बोनसेस हासिल कर सकते हैं। इसमें आप लोगों को मिलेगा एक स्पिन व्हील जिससे आपको ढेरों इनामात मिल सकते हैं, पैसा ही पैसा हो, और डेली चेकिंग के साथ भी आप लोग बोनस हासिल कर सकते हैं। K1 गेम डाउनलोड करने में भी आपको बोनसेस मिल रहे हैं और अपने दोस्तों को इन्वाइट करने में भी रिवॉर्ड मिलेगा। अगर आप लोग गेम प्ले नहीं भी करना चाहते हो तो कोई बात नहीं, आप फिर भी अर्निंग कर सकते हो। ये कार्ड परचेज करो और अर्निंग स्टार्ट करो। अगर इतने ज्यादा फायदे एक साथ तो फिर क्यों नहीं देंगे K1 गेम का साथ। मेरी प्रोफाइल में जाएं और लिंक को क्लिक करें और जीते ढेर सारे इनामात। एडी को चंगी पंजाबी कौन ही हैगी तुम्हारे भरा दी, बट जिन्नी को पंजाबी मैं बोलांगा उन्हें एक्सेप्ट करो ते नाले लव यू हो गया वड्डा वड्डा। ਪਹਿਲਾ ਜਿਹੜਾ ਹੈਗਾ ਨਾ ਦੋ ਚਾਰ ਕੰਮ ਹੈਗੇ ਨੇ ਸਾਨੂੰ, ਗੱਡੀ ਛੱਡੀ ਧੁਆਣੀ ਆ, ਨਾਲੇ ਸਰਵਿਸ ਸੁਰਵਿਸ ਕਰਾਉਣੀ ਆ ਉਹਦੀ, ਵੈਕਸ ਵੁਕਸ ਵੀ ਕਰਾਉਣੀ ਆ, ਤੇ ਚੱਲਦੇ ਆ ਪਹਿਲੇ ਸਰਵਿਸ ਸਟੇਸ਼ਨ ਗੱਡੀ ਨੂੰ, ਗੱਡੀ ਦਾ ਹੁਸਨ ਜਿਹੜਾ ਹੈਗਾ ਉਹ ਨਿਖਾਰਨੇ ਆ, ਚੱਲਦੇ ਆ ਤੇ ਮਿਲਦੇ ਆ ਤੁਹਾਨੂੰ ਹੁਣ ਗੱਡੀ ਚ। ਲਓ ਜੀ ਅਲਹਮਦੁਲਿਲਾ ਗੱਡੀ ਚ ਬਹਿ ਗਏ ਆ ਤੇ ਗੱਡੀ ਲੈ ਕੇ ਜਾ ਰਹੇ ਹਾਂ ਸਰਵਿਸ ਸਟੇਸ਼ਨ ਤੇ ਸਰਵਿਸ ਸਟੇਸ਼ਨ ਜਾ ਕੇ ਨਾ ਤੁਹਾਨੂੰ ਵਿਖਾਣਾ ਗੱਡੀ ਦੀ ਹਾਲਤ ਕਿਹੋ ਜਿਹੀ ਹੋਈ ਆ ਤੇ ਗੱਡੀ ਨੂੰ ਹੁਣ ਨਾ ਜਰਾ ਲਿਸ਼ਕਾਉਣਾ ਤੇ ਆਸ਼ਿਆ ਕਰਾਉਣਾ ਤੇ ਅਸੀਂ ਫਿਰ ਹੋ ਸਕਦਾ ਕਿਤੇ ਰਾਤ ਨੂੰ ਨਿਕਲੀਏ, ਨਹੀਂ ਨਿਕਲਾਂਗੇ ਤਾਂ ਘਰ ਚ ਵੇਖਾਂਗੇ ਕੁਛ ਨਾ ਕੁਛ ਕਰਨਾ ਹੀ ਹੈ, ਫਿਰ ਚੱਲੇ ਆ ਸਰਵਿਸ ਸਟੇਸ਼ਨ। A few moments later. ਲੋ ਜੀ ਅਸੀਂ ਆ ਗਏ ਹੁਣ ਸਰਵਿਸ ਸਟੇਸ਼ਨ ਤੇ, ਸਾਡੀ ਗੱਡੀ ਜਾ ਰਹੀ ਹੈ, ਉੱਤੇ ਤਾਂ ਗੱਡੀ ਦੀ ਹਾਲਤ ਵੇਖ ਲਓ ਤੁਸੀਂ ਕਿਹੜੀ ਹਾਲਤ ਇਹਦੀ ਬੁਰੀ ਹੋਈ ਹੋਈ ਆ, ਠੀਕ ਹੈ, ਪੂਰਾ ਫੇਰਾ ਗਰਕ ਹੋਇਆ ਹੋਇਆ ਗੱਡੀ ਦਾ, ਗੰਦਗੀ ਚ ਚੱਲ ਚੱਲ ਕੇ ਟਾਇਰ ਤੱਕ ਫੇਰਾ ਗਰਕ ਹੋਇਆ ਹੋਇਆ, ਤੇ ਹੁਣ ਜਿਹੜਾ ਨਾ ਗੱਡੀ ਨੂੰ ਸਾਡੀ ਹਵਾ ਚ ਚੁੱਕ ਲਿਆ ਇਹਨਾਂ ਨੇ ਆਂਦੇ ਨਾਲ ਹੀ ਸਰਵਿਸ ਸ਼ੁਰੂ। ਓਏ ਹੋਏ ਹੋਏ ਗੱਡੀ ਦਾ ਤਾਂ ਬੁਰਾ ਹਾਲ ਹੋਇਆ ਹੋਇਆ ਯਾਰ, ਚਲੋ ਸਰਵਿਸ ਸ਼ੁਰੂ ਹੋ ਰਹੀ ਹੈ ਗੱਡੀ ਦੀ।
ਆਪਣੇ ਘਰ ਜਾ ਕੇ ਇਸ ਚੈਲੰਜ ਨੂੰ ਕਰਨੇ ਆ ਕੰਪਲੀਟ ਸਾਰਿਆਂ ਦੇ ਨਾਲ ਬਹਿ ਕੇ ਲਾਣੇ ਆ ਸ਼ੁਗਲ ਮੇਲਾ। ਹਾਏ 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 ਗੱਡੀ ਤਾਂ ਆਪਣੇ ਉਸਤਾਦ ਨੇ ਅੰਦਰੋਂ ਵੀ ਚਮਕਾਤੀ, ਕਿਆ ਗੱਲ ਕਿਆ ਬਾਤ। ਲਓ ਜੀ ਗੱਡੀ ਛੱਡੀ ਲਾ ਕੇ ਹੁਣ ਆ ਗਏ ਅਸੀਂ ਘਰ ਤੇ। ਯਾਰ ਤੁਹਾਡੇ ਨਾਲ ਇੱਕ ਬੜੀ ਜ਼ਰੂਰੀ ਗੱਲ ਕਰਨੀ ਸੀ ਮੈਂ। ਇਹ ਵੇਖੋ ਇਹ ਸੀਨ ਵੇਖੋ ਯਾਰ, ਅਜੀਬ ਕੀ ਮਸਲਾ ਕੀ ਹੈ। ਨੌਨ ਸਬਸਕ੍ਰਾਈਬਰ ਜਿਹੜੇ ਹੈਗੇ ਨੇ ਉਹ 68% ਹੈਗੇ ਨੇ, ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹ ਸਿਰਫ 32%। ਓ ਭਾਈ ਮਾਰੋ ਮੁਝੇ ਮਾਰੋ ਯਾਰ। ਇਹ ਕਿਉਂ 32% ਆਪਣੇ ਸਬਸਕ੍ਰਾਈਬਰ ਸਾਨੂੰ ਵਾਚ ਕਰ ਰਹੇ ਨੇ, ਨਾਲੇ ਜਿਹੜੇ ਨੋਟ ਸਬਸਕ੍ਰਾਈਬਰਸ ਨੇ ਉਹ 68% ਨੇ ਜਿਹੜੇ ਸਾਨੂੰ ਵਾਚ ਕਰ ਰਹੇ ਨੇ ਨਾਲੇ ਸਬਸਕ੍ਰਾਈਬ ਨਹੀਂ ਕੀਤਾ ਵਾ। ਤੇ ਯਾਰ ਤੁਹਾਡਾ ਕੀ ਜਾਂਦਾ 68%? ਲੋਕੋ ਸਾਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦੇ ਬਟਨ ਨੂੰ ਦਬਾਓ ਤੇ ਨਾਲੇ ਸਾਡਾ ਡੇਲੀ ਵਲੌਗ ਆ ਰਿਹਾ ਤੁਹਾਨੂੰ ਮਿਲਿਓ। ਜੀਓ ਨਿਊਜ਼ ਤੇ ਲਾ ਦਈਏ ਕਿ ਡੇਲੀ ਵਲੌਗ ਆ ਰਿਹਾ ਤੇ ਵੇਖੋ ਹੱਦ ਹੋ ਗਈ ਹੈ ਯਾਰ। ਤੁਹਾਨੂੰ ਚੱਲਨੇ ਆ ਥੱਲੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਥੱਲੇ ਚੱਲਨੇ ਆ ਲੀਸ਼ਾ ਤੇ ਅਲੀਜ਼ਾ ਨਾਲ ਵੀ ਤੁਹਾਨੂੰ ਮਿਲਵਾਉਣੇ ਆ। ਹਮ ਕਰਤੇ ਹੈ ਪ੍ਰਬੰਧ, ਆਪ ਚਿੰਤਾ ਮਤ ਕਰੋ। ਲੋ ਜੀ ਅਲੀ ਜਿਹੜਾ ਹੈਗਾ ਨਾ ਹੁਣ ਥੱਲੇ ਆ ਗਿਆ ਤੇ ਲੀਸ਼ਾ ਤੁਹਾਨੂੰ ਮੈਂ ਅੱਜ ਦਾ ਸਾਰਾ ਪਲਾਨ, ਸਾਰੀ ਸਕੀਮਾਂ ਸਾਰੀਆਂ ਤੁਹਾਨੂੰ ਦੱਸਣਾ, ਠੀਕ ਹੈ। ਅੱਜ ਦਾ ਸੀਨ ਜਿਹੜਾ ਹੈਗਾ ਨਾ ਉਹ ਪੰਜਾਬੀ ਦੇ ਵਿੱਚ ਥੋੜ੍ਹੀ ਜਿਹੀ ਅੰਗਰੇਜ਼ੀ ਨਾ ਬੋਲਣੀ ਚਾਹੀਦੀ ਆ, ਚੰਗੇ ਲੱਗਦੀ। ਅਤੇ ਅੱਜ ਦਾ ਜਿਹੜਾ ਸੀਨ ਹੈਗਾ ਨਾ ਉਹ ਇਹ ਹੈਗਾ ਕਿ ਚੈਲੰਜ ਜਿਹੜਾ ਹੈਗਾ ਨਾ ਉਹ ਇਹ ਹੈਗਾ ਕਿ ਅਸੀਂ ਜਿਹੜਾ ਹੈਗਾ ਨਾ ਪੰਜਾਬੀ 'ਚ ਗੱਲ ਕਰਨੀ। ਪੰਜਾਬੀ 'ਚ ਗੱਲ ਕਰਨੀ, ਮਸਲਾ ਹੀ ਕੋਈ ਨਹੀਂ। ਮਸਲਾ ਕੋਈ ਵੀ ਹੋਵੇ, ਮਸਲਾ ਹੀ ਕੋਈ ਨਹੀਂ। ਆਹੋ ਤੇ ਨਾਲੇ ਹੁਣ ਅਲੀਜ਼ਾ ਕਿੱਧਰ ਹੈ? ਅਲੀਜ਼ਾ ਗਈ ਬਾਹਰ ਚੀਜ਼ੀਆਂ ਲੈਣ। ਛੋਟੀ ਬੱਚੀ ਹੋ ਕਿਆ? ਚੀਜ਼ੀਆਂ ਲੈਣ ਤੇ ਚੈਲੰਜ ਦੀ ਸਮਝ ਆ ਗਈ ਹੋਣੀ ਤੁਹਾਨੂੰ, ਠੀਕ ਹੈ? ਸਮਝ ਆ ਗਈ। ਮੈਂ ਵੀ ਲੋਕਾਂ ਦੇ ਉਹ ਜਿਹੜੇ ਤੁਸੀਂ ਮੈਨੂੰ ਖਤ ਲਿਖ ਕੇ ਭੇਜਦੇ ਹੋ ਨਾ ਮੈਂ ਉਹ ਵੇਖਣੀ ਆ। ਪਤਾ ਹੈ ਕਮੈਂਟਸ ਨਹੀਂ ਬੋਲਣਾ। ਏ ਪੰਜਾਬੀ ਤੋਂ ਇਲਾਵਾ ਕੋਈ ਗੱਲ ਨਹੀਂ ਕਰਨੀ ਅੱਜ ਦੇ ਵਲੌਗ। ਹਾਂ ਜਿਹੜੇ ਤੁਸੀਂ ਮੈਨੂੰ ਮੇਰੀ ਉਹ ਜਿਹੜੀ ਵੀ ਹੁੰਦੀ ਹੈ ਜਿਹੜੀ ਇਹਦੇ ਵਿੱਚ ਲੱਗਦੀ ਹੈ ਨਾ ਉਹਨੂੰ, ਉਹਦੇ ਵਿੱਚ ਤੁਸੀਂ ਥੱਲੇ ਮੈਨੂੰ ਖਤ ਲਿਖਦੇ ਹੋ ਨਾ ਉਹ ਮੈਂ ਸਾਰੇ ਪੜ੍ਹਨੀ ਆ ਤੇ ਉਹਦੇ ਵਿੱਚੋਂ ਮੈਂ ਇਹ ਵੀ ਪੜ੍ਹਿਆ ਸੀ ਕਮੈਂਟਾਂ 'ਚ। ਕਮੈਂਟਾਂ 'ਚ ਜਿਹੜੇ ਤੁਸੀਂ ਗੱਲਾਂ ਲਿਖਦੇ ਹੋ ਨਾ ਪੰਜਾਬੀ 'ਚ, ਨਾ ਵਲੌਗ ਕੀਤਾ ਤੇ ਅਨਸਬਸਕ੍ਰਾਈਬ ਕਰ ਦੇਣਾ ਕਜ਼ਨੋਲੋਜੀ ਨੂੰ, ਮੇਰੀ ਜਾਨ ਦਿਆ ਟੋਟਿਆ ਐਲਾ ਤੇਰੇ ਵਾਸਤੇ ਵਲੌਗ ਪੰਜਾਬੀ 'ਚ। ਕੀ ਲੱਗ ਰਿਹਾ ਹੈ ਇਹ ਪੰਜਾਬੀ 'ਚ ਗੱਲ ਕਰ? ਕੀ ਲੱਗ ਰਿਹਾ ਤੂੰ ਯਾਰ? ਮੈਨੂੰ ਨਾ ਬੜੀ ਭੁੱਖ ਲੱਗ ਰਹੀ ਆ ਹੁਣ, ਸੁਬਹਾ ਦਾ ਗੱਡੀ ਲੈ ਕੇ ਗਿਆ ਸੀ ਤੈਨੂੰ ਪਤਾ ਹੈ, ਉਹਦੀ ਸਰਵਿਸ ਡਿਟੇਲਿੰਗ ਕਰਾ ਕੇ ਆਇਆ ਹਲੇ, ਠੀਕ ਹੈ। ਗੱਡੀ ਮਾਸ਼ਾਅੱਲਾ ਬੜੀ ਚੰਗੀ ਲੱਗ ਰਹੀ ਹੈ, ਬੜੀ ਸੋਹਣੀ ਲੱਗ ਰਹੀ ਤੇ ਹੁਣ ਉਹਦੇ ਕੱਪੜਾ ਛਪੜਾ ਪਾ ਕੇ ਉਹਨੂੰ ਖਿਲਾਰ ਕੇ ਆਇਆ, ਠੀਕ ਹੈ। ਤੇ ਨਾਲੇ ਹਲੇ ਅਸੀਂ ਬੱਕਰ ਦੇ ਘਰ ਵੀ ਜਾਣਾ। ਕਿਹਦੇ ਘਰ ਜਾਣਾ? ਬੱਕਰ ਦੇ, ਹਨੂੰ ਦੇ, ਠੀਕ ਹੈ। ਤੇ ਕੋਈ ਖਾਣ ਦਾ ਮੈਂ ਕਹਿੰਦਾ ਕੋਈ ਨਿਜ਼ਾਮ ਹੋ ਜਾਣਾ ਤੇ ਦਿਲ ਪੁਰਬਾਸ਼ ਹੋ ਜਾਏ। ਯਾਰ ਮੈਂ ਨਾ ਤੈਨੂੰ ਸੁੰਡੀਆਂ ਖਵਾਉਣੀ, ਅੱਜ ਕੀ ਯਾਦ ਕਰੇਗਾ? ਕੁਛ ਅਲਫਾਜ਼ ਇਹੋ ਜਿਹੇ ਹੁੰਦੇ ਨੇ ਕਿ ਉਹਨਾਂ ਨੂੰ ਨਾ ਪੰਜਾਬੀ 'ਚ ਨਹੀਂ ਡਿਸਕ੍ਰਾਈਬ ਕਰ ਸਕਦੇ ਤੁਹਾਡੇ ਨਾਲ, ਤੇ ਨੂਡਲ ਨੂੰ ਪੰਜਾਬੀ 'ਚ ਕੀ ਕਹੀਏ ਬੰਦਾ ਪੁੱਛੇ।
ਪਲਾਨ ਦੀ ਅੱਜ ਦਾ ਵਲੋਗ ਸਾਰਾ ਪੰਜਾਬੀ ਚ ਕਰਨਾ ਸੀ ਅੱਛਾ ਨੀ ਕਹਿ ਠੀਕ ਹੈ ਆਹੋ ਬੜੀ ਭੁੱਖ ਲੱਗੀ ਹੈ ਤੂੰ ਕੀ ਖਾ ਰਹੀ ਹੈ ਚਿਪਸ ਖਾ ਰਹੀ ਚਿਪਸ ਉਹ ਯਾਰ ਚਿਪਸ ਚੁਪਸ ਖਾਣੇ ਆ ਤੇ ਮੁੰਡੀਆਂ ਜਿਹੜੀ ਹੈਗੀ ਨਾ ਉਹ ਨੂਡਲ ਬਣਾਉਣ ਚਲੇ ਗਈ ਆ ਉਹ ਅਰੇ ਯਾਰ ਮੈਨੂੰ ਕਿਚਨ ਦੇ ਮੈਨੂੰ ਬਾਵਰਚੀ ਖਾਣੇ ਦੇ ਵਿੱਚ ਨਾ ਉਹ ਮੈਨੂੰ ਤੀਲੀਆਂ ਨਹੀਂ ਲੱਭਣ ਡੀਆਂ ਆਗ ਲਾਣੀ ਆਹੋ ਤੇਰੀ ਜ਼ਬਾਨ ਹੀ ਕਾਫੀ ਆਪਣੀ ਜ਼ਬਾਨ ਨਾਲ ਅੱਗ ਲਾ ਲੈ ਹਸੀ ਜਾਣ ਡੀ ਹੈ ਤੂੰ ਤੂੰ ਇੱਥੇ ਕੀ ਕਰਦੇ ਪਿਆ ਹੈ ਮੈਂ ਤੇਰੇ ਵਾਸਤੇ ਬਾਈ ਸੇਵੀਆਂ ਬਣਾਉਣੀ ਪਈਆਂ ਤੇ ਤੂੰ ਇਹ ਗੰਦ ਕਰੀ ਜਾਣਾ ਪਿਆ ਹੈ ਐ ਲੈ ਆਈਏ ਗੰਦ ਤੇ ਫਿਰ ਭੁੱਖ ਲੱਗੀ ਹੈ ਖਾਣਾ ਪੈ ਰਿਹਾ ਕੀ ਕਰੀਏ ਚੱਲ ਯਾਰ ਤੂੰ ਵੀ ਖਾ ਲੈ ਚੱਲ ਫਿਰ ਮੈਂ ਹੁਣ ਆਪਣੀ ਜ਼ੁਬਾਨ ਦੇ ਨਾਲ ਹੀ ਅੱਗ ਲਾ ਕੇ ਨਾ ਤੇਰੇ ਵਾਸਤੇ ਸੇਵੀਆਂ ਬਣਾ ਕੇ ਲਿਆਉਣੀ ਮੇਰੇ ਵਾਸਤੇ ਵੀ ਠੀਕ ਲੈ ਆ ਲੈ ਆ ਮੇਰੇ ਵਾਸਤੇ ਵੀ ਬਣਾਉਣਾ ਹੋਈ ਪਤਾ ਹੈ ਮੈਨੂੰ ਇੱਧਰ ਫਰਾਨੀ ਤੂੰ ਵੱਡੀ ਰਹਿੰਦੀ ਨਹੀਂ ਤੇ ਬਸ ਖਾਣ ਲਈ ਇਕੱਲੀ ਇਕੱਲੀ ਮੇਰੇ ਵੀਰੋ ਇਹ ਵੇਖੋ ਜੀ ਇਹ 15 ਮਿੰਟ ਲਾ ਕੇ ਜਿਹੜਾ ਹੈਗਾ ਨਾ ਇਹ ਨੂਡਲ ਬਣਾ ਕੇ ਲਿਆਈਏ ਤੇ ਮੈਂ ਮਜ਼ੇਦਾਰ ਲੱਗ ਰਹੇ ਨੇ ਵਧੀਆ ਲੱਗ ਰਹੇ ਨੇ ਵੇਖਣ ਤੋਂ ਤੇ ਆਇਆ ਯਾਰ ਯਾਰ ਤੁਸੀਂ ਹਲੇ ਤੱਕ ਹਨੂ ਦਾ ਪ੍ਰੈਂਕ ਨਹੀਂ ਨਾ ਵੇਖਿਆ ਨਹੀਂ ਮੈਂ ਕਹਿੰਦਾ ਕਿਆ ਵੱਲ ਕਿਆ ਗੱਲ ਗੱਲ ਮੇਰੇ ਮੂੰਹੋਂ ਗੱਲ ਨਹੀਂ ਨਿਕਲ ਰਹੀ ਹਨੂ ਨੂੰ ਪ੍ਰੈਂਕ ਕੀਤਾ ਆਪਣੀ ਅੰਮੀ ਦੇ ਨਾਲ ਹਨੂ ਦੀ ਅੰਮੀ ਦੇ ਨਾਲ ਯਾਨੀ ਕਿ ਆਪਣੀ ਫੁੱਫੀ ਦੇ ਨਾਲ ਅਸੀਂ ਤੇ ਬੜਾ ਮਜ਼ਾ ਆਇਆ ਉਹ ਪ੍ਰੈਂਕ ਵੇਖੋ ਜਾ ਕੇ ਤੇ ਨਾਲੇ ਅਗਲਾ ਪ੍ਰੈਂਕ ਵੀ ਲੱਗ ਗਿਆ ਤੁਹਾਡੇ ਕੀਚੋ ਕਮੈਂਟਾਂ ਦੇ ਉੱਤੇ ਅਸੀਂ ਕਮੈਂਟਾਂ ਦੇ ਉੱਤੇ ਅਸੀਂ ਇੱਕ ਹੈਵੀ ਜਿਹਾ ਪ੍ਰੈਂਕ ਵੀਡੀਓ ਬਣਾ ਛੱਡੀਏ ਤੇ ਉਹਨੂੰ ਜਾ ਕੇ ਵੇਖੋ ਤੇ ਨਾਲੇ ਲਾਈਕ ਕਰੋ ਤੇ ਇਸ ਵੀਡੀਓ ਨੂੰ ਵੀ ਲਾਈਕ ਕਰੋ ਸ਼ੇਅਰ ਕਰੋ ਚਲੋ ਜੀ ਹੁਣ ਰੋਟੀ ਛੋਟੀ ਖਾਂਦੇ ਆ ਭੁੱਖ ਤੇ ਬੜੀ ਲੱਗੀ ਸੀ ਤੇ ਇਹ ਜਿਹੜੇ ਕੋਰੀਅਨ ਟਸ਼ਨ ਹੈਗੇ ਨੇ ਨਾ ਇਹਨਾਂ ਦੇ ਐ ਨੀ ਉਹ ਮੁਕਦੇ ਨਾਲੇ ਅੰਡਾ ਬਣਾ ਕੇ ਨੂਡਲਾਂ ਦੇ ਨਾਲ ਖਾਣਾ ਲਓ ਜੀ ਇਨਸਿਆ ਤੁਹਾਨੂੰ ਵੀ ਭੁੱਖ ਲੱਗੀ ਆ ਚਲੋ ਸਕੂਲ ਨਾਲ ਬਹਿ ਕੇ ਸਾਡੇ ਨਾਲ ਬਹਿ ਕੇ ਰੋਟੀ ਖਾਓ ਚਲੋ ਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਤੇਰੀ ਉਰਦੂ ਦੀ ਆਵਾਜ਼ ਯਾਰ ਇਹ ਪੰਜਾਬੀ ਨੀ ਬੋਲ ਸਕਦੀ ਫੜ ਗਏ ਆਇਆ ਨੀ ਆਇਆ ਬਚਾ ਕੁਚਾ ਵੀ ਕਹਿ ਰਹੇ ਨਬੇੜ ਜਾਈਏ ਕਿਸੇ ਨਾ ਕਿਸੇ ਤਰ੍ਹਾਂ ਯਾਰ ਸ਼ੁਕਰ ਅਲਹਮਦੁਲਿਲਾ ਲੰਗਰ ਸ਼ੰਗਰ ਕੱਢ ਲਿਆ ਰੋਟੀ ਛੋਟੀ ਖਾ ਲਈ ਯਾਰ ਐਸੀ ਬਾਤ ਬਤਾਈ ਨਹੀਂ ਜਾਤੀ ਨਜ਼ਰ ਲੱਗ ਜਾਤੀ ਹੈ।
ਇਹੋ ਜਿਹੀਆਂ ਗੱਲਾਂ ਦੱਸੀਆਂ ਨਹੀਂ ਜਾਂਦੀਆਂ, ਨਜ਼ਰ ਲੱਗ ਜਾਂਦੀਆਂ ਨੇ। ਠੀਕ ਹੈ, ਚੱਟ ਚੱਟ ਕੇ ਪਲੇਟਾਂ ਖਾ ਲਿਆ ਸੀ ਤੇ ਚੱਲੇ ਯਾਰ ਹੁਣ ਹਨੂ ਦੇ ਘਰ। ਠੀਕ ਹੈ, ਜੈਸਾ ਕਿ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਹਨੂ ਦੇ ਘਰ ਜਾਣਾ ਤੇ ਹਨੂ ਤੋਂ ਚੁੱਕ ਕੇ ਆਉਣਾ ਜਾਂ ਉੱਧਰ ਹੀ ਜਾਣਾ ਤੇ ਸ਼ੁਗਰ ਮੇਲਾ ਲਾਉਂਦੇ ਹਾਂ ਕੋਈ ਪੰਜਾਬੀ ਦੇ ਵਿੱਚ ਅੱਜ। ਫਿਰ ਚੱਲੀ ਹਨੂ ਦੇ ਘਰ। ਕਦੋਂ ਦੇ ਤਿਆਰ ਹੋ ਤੁਸੀਂ? जलवा है हमारा। ਓ ਜੀ, ਅਸਾਂ ਹੁਣ ਨਾ ਅਬੂ ਬੱਕਰ ਦੇ ਘਰ ਆ ਗਏ ਹਾਂ ਤੇ ਮੁਨੀਆ ਤੇ ਲੀਲਾ ਨੂੰ ਭੇਜਿਆ ਉੱਤੇ ਕਿ ਜਾ ਕੇ ਹਨੂ ਨੂੰ ਸਮਝਾ ਕੇ ਬੁਲਾ ਕੇ ਥੱਲੇ ਲੈ ਕੇ ਆਓ, ਨਾਲੇ ਬੀਆ ਤੇ ਵਰੀਸ਼ਾ ਨੂੰ ਵੀ ਲੈ ਕੇ ਆਓ ਥੱਲੇ। ਥੱਲੇ ਬਹਿ ਕੇ ਥੋੜੀ ਗੱਪ ਸ਼ੱਪ ਲਾਉਂਦੇ ਹਾਂ ਉਹਨਾਂ ਦੇ ਨਾਲ ਤੇ ਮੇਰੀ ਜਿਹੜੀ ਪੰਜਾਬੀ ਨਾ ਮੈਂ ਮੇਰੇ ਮੂੰਹ 'ਚ ਅੜ ਜਾਂਦੀ ਆ ਉਹਦੇ ਲਈ ਮਾਜ਼ਰਤ ਚਾਹਾਂਗੇ। ਤੇ ਪੰਜਾਬੀ 'ਚ ਬੁਲਾਓ ਕੈਸਾ ਲੱਗ ਰਿਹਾ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦਿੰਦੇ ਜਾਓ। ਲਓ ਜੀ, ਫਾਈਨਲੀ ਫਾਈਨਲੀ ਉੱਤੋਂ ਜਿਹੜੇ ਹੈ ਨਾ ਇਹ ਪੜੀਆਂ ਸ਼ਹਿਜ਼ਾਦੀਆਂ ਨਹੀਂ ਕਹਿ ਸਕਦੇ ਇਹਨਾਂ ਨੂੰ, ਕੁਛ ਹੋਰ ਕਹਿਣਾ ਚਾਹ ਰਿਹਾ ਪਰ ਮੈਂ ਉਹ ਨਹੀਂ ਕਹਿ ਪਾ ਰਿਹਾ। ਠੀਕ ਹੈ, ਇਹ ਲੱਤ ਆਈਆਂ ਨੇ ਥੱਲੇ, ਤੂੰ ਇੱਕ ਨੰਬਰ ਦੀ ਚੜੇਲ ਹੈ, ਤੂੰ ਟਾਈਮ ਵੇਸਟ ਕਰਨੀ ਹੈ ਸਾਡਾ। ਅਰੇ ਬਾਪ ਰੇ, ਇਹ ਤਾਂ ਧੋਤੀ ਖੋਲ ਰਿਹਾ, ਤੂੰ ਤੂੰ ਡਹਿਣੇ ਕੀ ਹੈ ਔਰ ਤੂੰ ਕੀ ਸ਼ਹਿਰ ਹੈ? ਮੈਂ ਕੀ ਸ਼ਹਿਰ ਵੱਡੀ ਰਹਿੰਦੀ ਨੀ ਤੂੰ ਬਦਮਾਸ਼ਾ, ਅੱਛਾ ਜੀ ਰਤਨ ਖਾਦੀ ਬਤ ਹੈ, ਤੁਹਾਨੂੰ ਦੱਸਣਾ ਹੋਣਾ ਹੈ। ਮੈਂ ਤੇ ਤੁਹਾਨੂੰ ਮੈਂ ਇੱਕ ਹੋਰ ਵੀ ਗੱਲ ਦੱਸਣੀ ਆ। ਉਹ ਤੁਹਾਡੀ ਤੀਜੀ ਭੈਣ ਕਿੱਧਰ ਏ? ਅਰੇ ਮੁੱਝੇ ਕੀ ਪਤਾ, ਆਹੋ ਨੂੰ ਆ ਗਏ ਨੇ ਹੋ ਜੀ ਤੱਕ ਮੇਕਅਪ ਕਰਦੀ ਪਈ ਹੈ। ਮੈਂ ਇਹਨਾਂ ਦੀ ਮਾਂ ਨੂੰ ਇੱਕ ਪੈਗਾਮ ਦੇਣਾ ਚਾਹਾਂਗੀ। ਇੱਕ ਮਿੰਟ ਉਸ ਪੈਗਾਮ ਤੋਂ ਪਹਿਲੇ ਟਾਈਮ ਵੇਖ ਲਓ, 9:45 ਹੋ ਰਹੇ ਨੇ। ਠੀਕ ਹੈ, ਤੇ ਹੁਣ ਪੈਗਾਮ ਜਿੱਦ ਤੱਕ ਉਹਦਾ ਮੇਕਅਪ ਨਹੀਂ ਮੁੱਕਿਆ ਤਾਂ ਮੈਂ ਉਹਨਾਂ ਦੀ ਮਾਂ ਨੂੰ ਇੱਕ ਪੈਗਾਮ ਦੇਣਾ ਚਾਹਾਂਗੀ। ਜੀ ਜੀ, ਆਪਣੀ ਧੀ ਸਕੂਲ ਲੋਟਾ ਲੈ, ਉਹ ਡਾਂਸ ਕਰਦੀ ਪਈ ਹੈ। ਆਪਣੀ ਧੀ ਉਹ ਸਕੂਲ ਹਟਾ ਲੈ, ਉਹ ਤਾਂ ਮੇਕਅਪ ਕਰਦਾ ਪਿਆ ਉੱਤੇ। ਆਪਣੇ ਮੁੰਡਿਆਂ ਨੂੰ ਸਕੂਲ ਲੋਟਾ ਲੈ, ਉਹ ਤੇ ਮੇਕਅਪ ਕਰਦਾ ਪਏ। 9:45 ਹੀ ਤਿਆਰ ਹੋ ਕੇ ਆ ਰਹੇ ਨੇ। ਸਲਾਮ ਹੈ ਭਾਈ 9:45। ਯਾਰ ਤੂੰ ਕਿਵੇਂ ਸਹੀ ਹੋਣਾ ਮੈਨੂੰ ਇਹ ਦੱਸ। ਇਹ ਹੰਨੋ ਹੈ ਅੱਜ ਸਹੀ ਹੋਣਾ ਅੱਜ ਤੂੰ ਸਮਝਾ? ਨਹੀਂ ਤੂੰ ਸਮਝਾ ਨਹੀਂ ਯਾਰ, ਮੈਨੂੰ ਕਮੈਂਟ ਸੈਕਸ਼ਨ ਕਰਕੇ ਦੱਸੋ ਇਹਨੂੰ ਕਿੰਜ ਸਹੀ ਕਰੀਏ। ਜੈ ਮੈਨੂੰ ਗੱਲ ਹੈ, ਮੈਂ 5 ਵਜੇ ਫੋਨ ਕੀਤਾ, ਮੈਂ ਕਿਹਾ ਯਾਰ ਮੈਂ ਆ ਰਿਹਾ ਤੇਰੇ ਘਰ, ਮੈਂ ਆਇਆ ਇਹਦੇ ਘਰ। ਠੀਕ ਹੈ, ਮੈਂ ਆਪਣੇ ਘਰ ਇਹਦੇ ਘਰੋਂ ਹੋ ਕੇ ਬਾਅਦ ਚਲੇ ਗਿਆ, ਟਿਊਸ਼ਨ ਪੜ੍ਹਦਾ ਪਿਆ ਸੀ। ਮੈਂ ਕਿਹਾ ਚਲੋ ਯਾਰ ਆਪਣੇ ਘਰ ਚੱਲਨੇ ਆ ਤੇ ਇਹਨੂੰ ਕਹਿੰਦੇ ਆ ਤਿਆਰ ਸ਼ਿਆਰ ਹੋ ਜਾ। 8:30 ਮੈਂ ਘਰ ਵਾਪਸ ਆਇਆ ਤੇ ਆ ਤਿਆਰ ਹੀ ਨਹੀਂ, ਟ੍ਰੋਜ਼ਰ ਸ਼ਰਟ ਚ ਫਿਰਦੇ ਆ। ਤੇ ਮੈਂ ਕਿਹਾ ਇਹਦੇ ਚ ਹੀ ਆਣਾ ਤੂੰ ਵਲੌਗ ਚ? ਕਹਿੰਦਾ ਹਾਂ ਮੈਂ ਆਣਾ। 8:00 ਤੋਂ ਬਾਅਦ ਹੁਣ 9:45 ਹੋ ਗਏ ਨੇ ਤੇ ਹੁਣ ਤਿਆਰ ਹੋ ਕੇ ਨੀਚੇ ਉਤਰੀ ਹੈ ਯਾਰ। ਫੁੱਫੀ ਜੀ ਤੁਹਾਨੂੰ ਇੱਕ ਪੈਗਾਮ ਦੇਣਾ ਚਾਹੁੰਦੇ, ਆਪਣੀ ਦਿਓ ਸਕੂਲੋਂ ਢਾਲ ਹੈ ਤੇ ਸਾਡੇ ਨਾਲ ਕੰਮ ਕਰਨ ਦੇ। ਨਹੀਂ ਤੇ ਡਾਂਸ ਕਰਦਾ ਪਿਆ ਕਿਵੇਂ ਬਾਹਰ ਆਉਣਾ ਮੈਨੂੰ ਇਹ ਦੱਸ, ਕਿਵੇਂ ਸਹੀ ਹੋਣਾ ਟ੍ਰੋਜ਼ਰ ਸ਼ਰਟ ਚ?
ਚੱਲ ਇੱਕ ਵਾਰੀ ਨੱਚ ਕੇ ਖਾ ਸਾਨੂੰ ਤੂੰ ਟ੍ਰਾਊਜ਼ਰ ਸ਼ਰਟ ਚ ਹੈਗਾ ਸੀ ਠੀਕ ਲੱਗ ਰਿਹਾ ਸੀ ਬਈ ਸਹੀ ਲੱਗ ਰਿਹਾ ਸੀ ਤੇ ਫਿਰ ਤੂੰ ਰਾਤੀ 9 ਵਜੇ ਤਿਆਰ ਹੋਣ ਦਾ ਤੇਰਾ ਕੀ ਫਾਇਦਾ ਤੂੰ ਕਿੱਧਰ ਜਾਣਾ ਹੈ ਯਾਰ ਸਹੀ ਨਹੀਂ 12 ਵਜੇ ਦੀ ਡਿਊਟੀ ਤੇ ਨਹੀਂ ਜਾਣਾ ਗਲਾਸਿਸ ਵੀ ਲਾਈ ਹੈ ਉਹਨੇ ਤੇ ਐਨਕ ਵੀ ਲਾਈ ਹੋਈ ਏ ਚਸ਼ਮਾ ਬੋਲ ਚਸ਼ਮਾ ਐਨਕ ਹੁੰਦੀ ਏ ਚੱਲ ਨੱਚ ਕੇ ਵਹਾ ਨਹੀਂ ਸਹੀ ਹੋ ਸਕਦਾ ਮੈਂ ਕੀ ਕਰਾਂ ਹੁਣ ਤੁਹਾਡਾ ਇਹਦਾ ਕੀ ਕਰਾਂ ਮੈਂ ਤੁਹਾਡਾ ਵੀ ਕੀ ਕਰਾਂ ਮੈਂ ਕਰਾਂ ਤੇ ਕਰਾਂ ਕੀ ਥੋੜਾ ਬਹੁਤ ਟਾਈਮ ਲੱਗਦਾ ਕੱਪੜੇ ਵਗੈਰਾ ਪੁੱਛਾ ਮੈਂ ਕੁਛ ਇਹ ਤੁਹਾਡੀ ਪੰਜਾਬੀ ਕਿਸ ਸਾਈਡ ਨੂੰ ਗਈ ਦੱਸਿਆ ਦੱਸੋ ਤੁਹਾਡੀ ਪੰਜਾਬੀ ਹੁਣ ਇੱਧਰ ਉੱਧਰ ਨਾ ਜਾਏ ਤੈਨੂੰ ਮੈਨੂੰ ਕੱਢ ਕੇ ਬਾਹਰ ਮਾਰਨਾ ਅੱਜ ਦਾ ਚੈਲੰਜ ਹੈਗਾ ਕੌਣ ਸੀ ਨਾ ਕਰ ਤੂੰ ਪੰਜਾਬੀ ਚ ਗੱਲ ਕਰਨੀ ਆ ਮੇਰੀ ਗੱਲ ਸੁਣ ਲੈ ਠੀਕ ਹੋਇਆ ਲੋ ਜੀ ਹੁਣ ਅਸੀਂ ਬਹਿ ਗਏ ਆ ਫਰੇਮ ਸੈਟ ਕਰਕੇ ਤੇ ਖੇਡਣ ਜਾ ਰਹੇ ਆ ਬਹੁਤ ਹੀ ਵਧੀਆ ਜੀ ਗੇਮ ਗੇਮ ਦਾ ਰੂਲ ਇਹ ਹੋਣੇ ਲੱਗਾ ਕਿ ਤੁਸੀਂ ਜਿਹੜੀ ਹੈਗੀ ਆ ਨਾ ਜੁੱਤਾਂ ਮਾਰਨੀਆਂ ਨੇ ਟਾਰਗੇਟ 1 ਨੂੰ ਠੀਕ ਹੈ ਵਾਹ ਵਾਹ ਜੀ ਮੇਰੀ ਚੰਗਾ ਤੇਰੀ ਪੰਜਾਬੀ ਕਿੱਧਰ ਹੈ ਕਿੱਧਰ ਹੈ ਪੰਜਾਬੀ ਤੇਰੀ ਇਸ ਵਾਸਤੇ ਇੱਕ ਵਾਰ ਇਸ ਵਾਸਤੇ ਥੱਲੇ ਭਾਇਆ ਤੁਹਾਨੂੰ ਸਿਰਫ ਇਹਨੂੰ ਟਾਰਗੇਟ ਨਹੀਂ ਕਰਨਾ ਸਿਰਫ ਇਹਨੂੰ ਟਾਰਗੇਟ ਨਹੀਂ ਕਰਨਾ ਸਿਰਫ ਇਹਨੂੰ ਹੀ ਟਾਰਗੇਟ ਕਰਨਾ ਵਾਰੀ ਤੁਹਾਡੀ ਵੀ ਆਣੀ ਹੈ ਜਲਾਲਤ ਦੇ ਲਈ ਤਿਆਰ ਰਹੋ ਚਲੋ ਬਾਈ ਬਿਨਾਂ ਕਿਸੇ ਚਲੋ ਬਾਈ ਬਗੈਰ ਕਿਸੇ ਟਾਈਮ ਵੇਸਟ ਕੀਤੇ ਆ ਆਪਣਾ ਚੈਲੰਜ ਕਰਨੇ ਆ ਸ਼ੁਰੂ ਤੇ ਪਹਿਲੀ ਜੁਗਤ ਮਾਰਨਾ ਵਾ ਮੈਂ ਤੇ ਪਹਿਲੀ ਜੁਗਤ ਇਹ ਹੈਗੀ ਆ ਤੇ ਤੇਰੀ ਸ਼ਕਲ ਇੰਜ ਜਿਵੇਂ ਸਦਕਿਆਂ ਦਾ ਚੂਜਾ ਹੁੰਦਾ ਕਢਾਈ ਵਾਲਾ ਪੈਂਪਰ ਹੁੰਦਾ ਇਹਦੀ ਸ਼ਕਲ ਇਵੇਂ ਜਿਵੇਂ ਡੋਲ ਨੂੰ ਠੁੱਡੇ ਮਾਰੇ ਹੁੰਦੇ ਨੇ
ਮਸਤ ਜੋਕ ਮਾਰਾ ਰਿਹਾ ਯਾ ਹੱਸ ਰਿਹਾ ਹਲਕਟ ਹੱਸ ਐਨੀ ਸ਼ਕਲ ਤੇ ਅਸੀਂ ਆ ਗਈ ਲੋ ਜੀ ਹੁਣ ਸਾਡਾ ਨੈਕਸਟ ਟਾਰਗੇਟ ਹੈਗਾ ਲੀਲਾ ਤੇ ਲੀਲਾ ਨੂੰ ਥੱਲੇ ਪਾ ਲਿਆ ਤੇ ਹੁਣ ਸਾਰੇ ਸ਼ਿਕਾਰੀ ਬਣ ਲਓ ਤੇ ਕਰੋ ਇਹਦਾ ਸ਼ਿਕਾਰ ਐਵੇਂ ਆ ਤੇ ਜੁੱਤਾ ਮਾਰੋ ਇਹਦੇ ਤੇ ਕਿ ਮਜ਼ਾ ਆ ਜੇ ਤੇ ਬਸ ਪੁੱਤਰ ਤੂੰ ਹੁਣ ਰੋਣਾ ਨਹੀਂ ਠੀਕ ਹੈ ਮੈਂ ਨਹੀਂ ਰੋਂਦੀ ਚਲੋ ਜੀ ਪਹਿਲੀ ਜੁਗਤ ਫਿਰ ਮੈਂ ਹੀ ਮਾਰਨਾ ਯਾਰ ਇਹਦੇ ਮਾਂ ਪਿਓ ਨੂੰ ਇੱਡੀ ਉਮੀਦ ਹੁੰਦੀ ਇਹਦੇ ਤੇ ਕਹਿੰਦੇ ਨੇ ਕਿ ਯਾਰ ਸਾਡਾ ਨਾਂ ਰੋਸ਼ਨ ਕਰੇਗੀ ਸਾਡੀ ਕੁੜੀ ਵੱਡੀ ਹੋ ਕੇ ਤੇ ਵੱਡੀ ਹੋ ਕੇ ਬਲਕ ਤੇ ਨਾਂ ਲਿਖ ਕੇ ਨਾ ਕਹਿੰਦੀ ਹੈ ਲੋ ਜੀ ਮਾਂ ਪਿਓ ਤੁਹਾਡਾ ਨਾਂ ਰੋਸ਼ਨ ਕਰ ਦੇ ਝਾੜੂ ਲਾ ਰਹੀ ਹੁੰਦੀ ਹੈ ਤੇ ਝਾੜੂ ਪਿੱਛੇ ਲਾ ਕੇ ਕਹਿੰਦੀ ਮੈਨੂੰ ਮੋਰ ਕਹੋ ਆਪਕੇ ਪਾਸ ਯਾਰਤ ਨਹੀਂ ਹੈ ਇਹ ਪਾਓ
ਇੰਨੀ ਪਾਗਲ ਹੁੰਦੀ ਹੈ ਅੰਡੇ ਤੇ ਜਾਂਦੀ ਹੈ ਉੱਥੇ ਨਾ ਬਾਜੀ ਕੋਸਟ ਉਹਨਾਂ ਨਾ ਥੱਲੇ ਉਲਟੀ ਵਾਲੇ ਸ਼ਾਵਰ ਸੱਟ ਦਿੰਦੀ ਹੈ ਤੇ ਉਹ ਚੱਕ ਕੇ ਕਹਿੰਦੀ ਬਾਜੀ ਤੁਹਾਡੇ ਤਾਈ ਵਾਲੇ ਗਿਣ ਗਏ ਲਓ ਜੀ ਹੁਣ ਸਾਡਾ ਆਖਰੀ ਸ਼ਿਕਾਰੀ ਆ ਕੇ ਬਹਿ ਗਿਆ ਇੱਥੇ ਹੁਣ ਅਸੀਂ ਇਹਨੂੰ ਵੱਢ ਜਾਣਾ ਤੇ ਹੁਣ ਸਭ ਤੋਂ ਪਹਿਲਾਂ ਮੈਂ ਹੀ ਇਹਨੂੰ ਜੁਗਤ ਮਾਰਨੀ ਆ ਤੇਰੀ ਸ਼ਕਲ ਵੇਖ ਕੇ ਤਾਂ ਤੂੰ ਹੈਵੀ ਟੈਡ ਜੀ ਜੁਗਤ ਮਾਰਨੀ ਆ ਭਾਈ ਦੀ ਸ਼ਾਦੀ ਹੁੰਦੀ ਹੈ ਤੇ ਇਹਨੇ ਕੁੱਲਾ ਪਾਇਆ ਹੁੰਦਾ ਤੇ ਕੁੱਲੇ ਦੇ ਵਿੱਚ ਤਰੀ ਚੋਰੀ ਹੁੰਦੀ ਹੈ ਮੈਂ ਚੁੱਕ ਕੇ ਵੇਖਿਆ ਤੇ ਵਿੱਚ ਪੱਟ ਲਗਾਇਆ ਹੋਇਆ ਸੀ ਏਡਾ ਮਾੜਾ ਨਹੀਂ ਮੈਂ ਬੜਾ ਮਾੜਾ ਛੱਡ ਦਿਓ ਇਹਦੇ ਕਰਨਾ ਚੋਰ ਆਉਂਦੇ ਨੇ ਕੁਛ ਨਹੀਂ ਲੱਭਿਆ ਭਲੇ 50 ਰੁਪਏ ਦੇ ਕੇ ਕਹਿੰਦੇ ਨੇ ਸੁਬਹ ਸਵੇਰੇ ਨਾਸ਼ਤਾ ਕਰ ਲਈ ਬਹੁਤ ਮਾੜਾ ਹੈਗਾ ਤੇ ਬਹੁਤ ਮਾੜਾ ਹੈ ਉਹ ਮੈਂ ਤਾਂ ਮਾੜਾ ਨਹੀਂ ਬਹੁਤ ਮਾੜਾ ਸੱਚੀ ਗੱਲ ਹੈ ਯਾਰ ਚਲੋ ਜੀ ਦੂਜਾ ਹੈ ਇਸ ਤੋਂ ਵੀ ਮਾੜਾ ਐਡਾ ਪਾਗਲ ਹੁੰਦਾ ਐਡਾ ਪਾਗਲ ਹੁੰਦਾ ਰੇ ਰੇ ਆਉਂਦਾ ਕਹਿੰਦਾ ਮੈਨੂੰ ਸੁਪਰਮੈਨ ਲਵੋ ਐਡਾ ਕਹਿੰਦਾ ਸੁਪਰਮੈਨ ਤੁਹਾਡੀ ਛੱਤ ਚੋਰੀ ਹੈ ਤੇ ਕਹਿੰਦਾ ਡਬਲ ਛਾਪਰ ਕਰ ਦਿਓ ਇਹਨਾਂ ਦੇ ਘਰ ਤਾਂ ਚੋਰੀ ਹੁੰਦੀ ਹੈ ਸਰਦੀਆਂ ਦੀ ਗੱਲ ਹੈ ਸਭ ਕੁਛ ਲੈ ਜਾਂਦੇ ਨੇ ਠੀਕ ਹੈ ਤੇ ਪੁਲਿਸ ਵਾਲਿਆਂ ਨੂੰ ਦੱਸਦੇ ਨੇ ਕੀ ਲੈ ਕੇ ਗਏ ਨੇ 2.5 ਲੱਖ ਬਿਸਤਰੇ ਸਭ ਕੁਛ ਲੈ ਗਏ ਤੇ ਉਹਨਾਂ ਨੇ ਕਿਹਾ ਓਹੋ ਉਹਨਾਂ ਕੇ ਉਹਨਾਂ ਕੋਲ ਅਸਲਾ ਕਿਹੜਾ ਹੈਗਾ ਸੀ ਕਹਿੰਦੇ ਪੌਣੀ ਵਾਲਾ ਪਿਸਟਲ ਹੈਗਾ ਸੀ ਪਾਣੀ ਵਾਲੇ ਪਿਸਟਲ ਨਾਲ ਚੋਰੀ ਕਰਕੇ ਲੈ ਗਏ ਯਾਰ ਐਡਾ ਮਾੜਾ ਮੈਂ ਬਹੁਤ ਮਾੜਾ ਤੇ ਬਹੁਤ ਮਾੜਾ ਇਸ ਤੋਂ ਵੀ ਮਾੜਾ ਲੋ ਜੀ ਰਿਸ਼ਤੇਦਾਰੋ ਤੁਹਾਨੂੰ ਮੀਟ ਕਰਨਾ ਯਾਰ ਸਾਡਾ ਅੱਜ ਦਾ ਵਲੌਗ ਬਹੁਤ ਜ਼ਿਆਦਾ ਚੰਗਾ ਲੱਗਿਆ ਹੈਗਾ ਯਾਰ ਹੁਣ ਫੈਮਿਲੀ ਕਹਿੰਦਾ ਮੈਂ ਪੰਜਾਬੀ ਚ ਚੰਗਾ ਥੋੜੀ ਲੱਗਦਾ ਖਾਨਦਾਨ ਵਾਲਿਓ ਕਿਹੋ ਜਿਹਾ ਲੱਗਿਆ ਸਾਡਾ ਅੱਜ ਦਾ ਵਲੌਗ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਪਣੀ ਰਾਏ ਦਿੰਦੇ ਜਾਇਓ ਨਾਲੇ ਤੇ ਉਮੀਦ ਕਰਨਾ ਵਾ ਤੁਹਾਨੂੰ ਅੱਜ ਦਾ ਵਲੌਗ ਬਹੁਤ ਜ਼ਿਆਦਾ ਚੰਗਾ ਲੱਗਿਆ ਹੋਏਗਾ ਤੇ ਇਸ ਵਲੌਗ ਨੂੰ ਹਲੇ ਇੱਧਰ ਹੀ ਕਰਨੇ ਆ ਖਤਮ ਤੇ ਜਿਹਨੇ ਜਿਹਨੇ ਹਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜਲਦੀ ਜਲਦੀ ਨਾਲ ਜਾ ਕੇ ਸਬਸਕ੍ਰਾਈਬ ਕਰ ਲਓ ਨਾਲ ਦੇ ਬੈਲ ਆਈਕਨ ਤੇ ਬਟਨ ਨੂੰ ਦਬਾ ਲਓ ਤੇ ਨਾਲੇ ਲਾਈਕ ਵੀ ਕਰ ਦਿਓ ਆਹੋ ਮਸ਼ਰਕ ਹੋਵੇ ਜਾਂ ਮਗਰਬ ਹੋਵੇ ਕਦ ਸਾਰਿਆਂ ਦੀ ਜ਼ਿੰਦਗੀ ਸਭ ਤੋਂ ਵਧੀਆ